ਲਾ ਪਹਿਲੀ ਰੇਡ ਜਿਹੜਾ ਨੰਬਰ ਹੈ ਡੇਡ ਤੇ ਨਦੌੜ ਵਾਲੇ ਦੀ ਸਿਰੇ ਦੀ ਖੇਡ ਤੇ ਪਹਿਲੀ ਤੇ ਜੱਫਾ ਵੇਖਦਾ ਮੁੰਨੇ ਆਹ ਚੋਟੀ ਦਾ ਲਾ ਰਿਹਾ ਇਹ ਸਭਰਾਵਾਂ ਵਾਲਾ ਟੱਕਰ ਚੱਲ ਰਹੀ ਹੈ ਪਹਿਲੀ ਕਬੱਡੀ ਉੱਪਰ ਆਹ ਜੱਫਾ ਲੱਗ ਰਿਹਾ ਕਿ ਮਿੱਤਰਾਂ ਨੂੰ ਕੈਦ ਬੋਲ ਗਈ ਜੀਪਾ ਮੁੜੀਏ ਕਚਹਿਰੀ ਉਹ ਖਾਲੀ ਜੱਫਾ ਸਿਰੇ ਦਾ ਲਾ ਗਿਆ ਸਭਰਾ ਵਾਲਾ ਬੱਬੂ ਕਮਾਲ ਕਰ ਗਏ ਆਈ ਜਿਹੜੇ ਸ਼ਾਹਪ੍ਰਿਆ ਸੌਰਵ ਲੈ ਵੀ ਸ਼ੇਰੇ ਕਰੀ ਗੱਲ ਓਏ ਮੁੰਡਾ ਜਲੰਧਰ ਵਾਲਾ ਮੁੰਡਾ ਨਕੋਦਰ ਪਾਰ ਕਰਕੇ ਸੁਲਤਾਨਪੁਰ ਲੋਧੀ ਟੱਪ ਕੇ ਫਿਰ ਮੁੰਡੀ ਮੋੜ ਟੱਪ ਕੇ ਸਿੱਧਾ ਫਤਿਆਬਾਦ ਦੇ ਥਾਣੀ ਤਰਨ ਤਾਰਨ ਪਹੁੰਚਿਆ ਫਿਰ ਤਰਨ ਤਾਰਨ ਤੋਂ ਕੈਰੋ ਵਾਲੇ ਰਾਹ ਪਿਆ ਤੇ ਕੈਰੋ ਦੇ ਵਿੱਚ ਆ ਕੇ ਦੋ ਮੈਚ ਖੇਡੇ ਫਿਰ ਫਾਈਨਲ ਦੇ ਵਿੱਚ ਆਇਆ ਇਹ ਸੌਰਵ ਮੇਰੇ ਮਿੱਤਰੋ ਆ ਟੱਕਰ ਮਾਲਵੇ ਦੁਆਬੇ ਦੇ ਵਿੱਚ ਹੁੰਦੀ ਰਹਿੰਦੀ ਹੈ ਸੌਰਵ ਤੇ ਭਾਲੇ ਦੀ ਉਹ ਨੰਬਰ ਰੇਡਰ ਦਾ ਹਰਮਨ ਆ ਗਿਆ ਰਾਜੂ ਕਹਿ ਗੱਲ ਪੌਲੀ ਹਰਮਨ ਧਿਆਨ ਹੈ ਦੀਪ ਦਾ ਕਬੱਡੀ ਪੌਲੀ ਬਾਤ ਹੈ ਦੀਪ ਦਾ ਉਸਤਾਦ ਕਬੱਡੀ ਭਾ ਰਿਹਾ ਚਾਰ ਜਾਂ ਫਿਰ ਚੋਟੀ ਦੇ ਮਨ ਲੱਗੇ ਹੋਏ ਹੈ ਬੈਸਟਾਂ ਨੂੰ ਵੀ ਵੱਡੇ ਮਾਂ ਤੇ ਸਨਮਾਨ ਹੋਣਗੇ ਲਾ ਪੈਂਦੀ ਡਬਲ ਟਾਈ ਤੇ ਨੰਬਰ ਜਿਹੜਾ ਹੈ ਹਰਮਨ ਨੇ ਆਪਣੀ ਟੀਮ ਦੇ ਵਾਸਤੇ ਜੋੜ ਦਿੱਤਾ ਹੈ ਲੈ ਵੀ ਜੀਵਨ ਸਿਆ ਪਾੜੀ ਰੇਡ ਆਏ ਖਹਿਰਿਆਂ ਵਾਲਾ ਜੀਵਨ ਉਹਦੀ ਪੌੜੀ ਤਿਆਰ ਹੈ ਕਦੇ ਮਾਨੂ ਕੇ ਗਿੱਲਾਂ ਵਾਲਾ ਪ੍ਰਸਿੱਧ ਕਦੇ ਘੜਕੇ ਵਾਲਾ ਪ੍ਰਸਿੱਧ ਕਦੇ ਰੂੜੀ ਵਾਲੀਏ ਦੇ ਚਰਚੇ ਹੈ ਆਏ ਮੁੰਡਾ ਅੰਮ੍ਰਿਤਸਰੀ ਹੈ ਕਬੱਡੀ ਕਬੱਡੀ ਕਰਦਾ ਅੱਗੇ ਨੂੰ ਵਾਧਾ ਹੋਇਆ ਲਓ ਕਬੱਡੀ 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 ਬਾਹਰ ਮਾਰਿਆ ਚਾਕੇ ਮੁੰਡੇ ਨੇ ਕਹਿੰਦਾ ਪਿੰਡ ਦੀਆਂ ਟੀਮਾਂ ਬਣੀਆਂ ਹੋਈਆਂ ਵਾਹਿਗੁਰੂ ਇੱਧਰ ਦੇ ਕਿਰਪਾ ਕਰੀਏ ਤੇ ਸ਼ੰਕਰਪੁਰੀਏ ਨੇ ਨੰਬਰ ਜੋੜਿਆ ਹੈ ਵਾਹਿਗੁਰੂ ਤੱਤੀ ਵਾਣਾ ਲੱਗਣ ਦੇ ਇਹਨਾਂ ਨੂੰ ਵਾਹਿਗੁਰੂ ਮੇਰੇ ਕਰੇ ਥੋੜਾ ਪਿੱਛੇ ਪਿੱਛੇ ਰਿਹੋ ਭਰਾ ਬਣ ਕੇ ਜਿਹਨੂੰ ਕੋਈ ਨੌਲੇਜ ਹੈ ਜੇ ਕਿਸੇ ਨੂੰ ਨੌਲੇਜ ਹੈ ਕਿਸੇ ਪੰਗਾਂ ਦਾ ਪੈਰਾਂ ਦਾ ਕੋਈ ਸਿਆਣਾ ਹੈ ਉਹ ਸਾਡਾ ਵੀਰ ਕੋਲ ਆ ਜਾਵੇ ਤੇ ਬਾਕੀ ਬੇਨਤੀ ਹੈ ਥੋੜਾ ਥੋੜਾ ਪਿੱਛੇ ਰਹੀਏ ਸ਼ੇਰੇ ਬੇਨਤੀ ਹੈ ਜਿਹੜੇ ਭਰਾ ਨੂੰ ਕੋਈ ਸਮਝ ਆਏ ਇਸ ਬਾਰੇ ਤਾਂ ਉਹ ਅੱਗੇ ਆਵੇ ਬਾਕੀ ਭਰਾ ਬਣ ਕੇ ਹੋਵੋ ਪਿੱਛੇ ਪਿੱਛੇ ਬਹੁਤ ਬਹੁਤ ਧੰਨਵਾਦ ਹੋਵੇਗਾ ਇਹ ਬੇਨਤੀ ਕਰੋ ਪ੍ਰਵਾਨ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਅਸਦੇ ਖੇਡ ਦੇ ਮੁੰਡੇ ਆਏ ਹੈ ਇਹ ਇਸ ਸਾਲ ਮੁੰਡਾ ਚਰਚਾ ਦੇ ਵਿੱਚ ਆਇਆ ਤੇ ਟਾਪ ਟਾਪ ਦੇ ਜੱਫੇ ਲਾਉਂਦਾ ਮੁੰਡਾ ਠੀਕ ਹੈ ਮੈਚ ਸ਼ੁਰੂ ਕਰੀਏ ਇੱਧਰ ਆ ਕੇ ਬਾਕੀ ਮੈਚ ਦੇ ਲੋਈ ਉੱਧਰ ਮੁੰਡਾ ਠੀਕ ਹੈ ਸੱਚੇ ਪਾਤਸ਼ਾਹ ਮੇਰ ਕਰੇ ਕਦੇ ਵੀ ਕਿਸੇ ਖਿਡਾਰੀ ਦੇ ਸੱਟ ਫਿਟਣ ਲੱਗੇ ਨਾ ਫਾਈਨਲ ਮੁਕਾਬਲਾ ਹੈ ਸਿਰੇ ਦੀ ਟੱਕਰ ਇੱਧਰ ਜੱਫਾ ਜਿਹੜਾ ਸ਼ੱਕਰਪੁਰੀ ਇਹਨੇ ਲਾਇਆ ਵੀਰੇ ਕਰੀਏ ਨੋਟ ਤੇ ਅਗਲੀ ਰੇਡ ਪਾਉਣ ਲਈ ਹਰਮਨ ਤਿਆਰ ਹੈ ਹਾਂਜੀ ਵਾਹਿਗੁਰੂ ਕਿਸੇ ਦੇ ਵਿੱਚ ਤੱਤੀ ਵਾਣਾ ਲੱਗੇ ਹੱਸਦੇ ਵੱਸਦੇ ਘਰਾਂ ਦੇ ਵਿੱਚ ਆਉਂਦੇ ਆ ਤੇ ਮਾਵਾਂ ਉਡੀਕਦੀਆਂ ਹੁੰਦੀਆਂ ਮੇਰਾ ਪੁੱਤ ਖੇਡਣ ਦੇ ਲਈ ਆ ਹੱਸਦਾ ਹੀ ਖੇਡਦਾ ਆਵੇ ਤੇ ਲਓ ਆ ਦੀਪ ਦਗੁਰ ਜੀ ਦਾ ਉਸਤਾਦ ਹੈ ਉਸਤਾਦ ਕਹਿੰਦੀ ਹੈ ਦੁਨੀਆ ਪਰ ਡਬਲ ਟੱਚ ਹੀਰੇ ਨੇ ਇਸ਼ਾਰਾ ਬੱਤੀ ਦੰਦ ਦੋ ਬੋਲੇ ਇੱਕ ਜੀਭ ਦੇ ਵਿੱਚੋਂ ਕੀਤਾ ਹੈ ਕਿ ਨੰਬਰ ਰੇਡਰ ਦਾ ਅਗਲੀ ਰੇਡ ਰਾਜੂ ਆ ਜਾ ਉੱਥੇ ਹੀ ਰੇਡ ਪਾਉਲੀ ਤੇਜ ਸਿੰਘ ਤਿਆਰ ਹੈ ਖੇਡਦੇ ਕਬੱਡੀ ਕਰਦਾ ਅੱਗੇ ਨੂੰ ਵਾਧਾ ਹੋਇਆ ਚਾਰ ਜਾਂ ਫੀ ਨੇ ਹੁਣ ਵੇਖਣਾ ਇੱਕ ਕਣੀ ਦੇ ਉੱਪਰ ਕੁੰਡੀ ਤਿਆਰ ਹੈ ਨਾਲ ਕਾਰਜ ਵਰਗੇ ਨਾਲ ਪੱਥਰ ਹੈ ਮੀਆਂ ਮਿੰਡੀਆਂ ਨਾਲ ਪਾਲੇ ਵਰਗੇ ਚਾਰ ਜਾਫੀਆਂ ਦੀ ਕੁੰਬਲੀ ਚੈਨ ਰਾਣੀ ਬਲਾਲਾ ਭਾਲਾ ਕੋਸ਼ਿਸ਼ ਕਰ ਰਿਹਾ ਤੇ ਨੰਬਰ ਜਿਹੜਾ ਹੈ ਤੇਜ ਪਾਲ ਆਪਣੀ ਟੀਮ ਦੇ ਵਾਸਤੇ ਇੱਕ ਦਾ ਵਾਅਦਾ ਕਰ ਰਿਹਾ ਹੈ ਕਿ ਮਲਪੂਰੇ ਸ਼ਰੀਰਾਂ ਦੇ ਜਿਹਨਾਂ ਲਾਈਆਂ ਮਿਹਨਤਾਂ ਉੱਠ ਕੇ ਉਹ ਧੰਨ ਜ਼ੋਰ ਜਵਾਨੀ ਦਾ ਲਾਲਣ ਭਰਿਆ ਮੇਲਾ ਲੁੱਟ ਕੇ ਅੜੀ ਵਾਲੇ ਘੋੜੇ ਨੇ ਕਾਹੀ ਜਾਂਦੇ ਨੇ ਮਨਮਾਨੀ ਉਹ ਰਾਜੇ ਖੇਲ ਨੇ ਹੱਟ ਪਿੱਛੇ ਲੁੱਟੀਆਂ ਲੁੱਟੀਆਂ
ਫਰਾਕੇ ਨੰਬਰ ਆਪਣੀ ਟੀਮ ਦੇ ਵਾਸਤੇ ਹੋਰ ਕਮਾਲ ਕੀਤੀ ਹੈ। ਫਾਈਨਲ ਮੈਚ ਦੀ ਟੱਕਰ ਸਿਰੇ ਦੀ ਚੱਲ ਰਹੀ ਹੈ, ਸ਼ਾਹਪੁਰੀ ਹੈ ਕਬੱਡੀ 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 ਕਰਦਾ ਤੇ ਨੰਬਰ ਜਿਹੜਾ ਹੈ ਸ਼ਾਹਪੁਰੀਆ ਜੁੜ ਗਏ ਅੜੀ ਰੇੜ ਲੈ ਵੀ ਵੱਡੇ ਬਾਈ ਸ਼ੇਰ ਦੇ ਕਹਾਣੀ ਲਾ ਹਰ ਮਨ ਹਰਮਣ ਹੈ ਮਨਾ ਨੂੰ ਲੁੱਟਦਾ ਹੈ ਹਰਮਣ ਕਬੱਡੀ ਭਾਰੇ ਦੀਪ ਦੁਪੁਰਜੀ ਵਾਲਾ ਵੀ ਕਹਿੰਦੇ ਆਊਗਾ ਸਵੇਰੇ ਇੱਕ ਪਾਸੇ ਬੱਲਾ ਵਾਲਾ ਹੈ ਦੂਜੀ ਕੰਨੀ ਤੇ ਦੇਖਾਂਗੇ ਸਭਰਾਵਾਂ ਵਾਲਾ ਵੀ ਵੱਡੇ ਮਾਸਰ ਮਾਲ ਹੋਏ ਹੈ ਉਹ ਬੱਲਾ ਵਾਲਾ ਬੱਲਾ ਵਾਲਾ ਬੱਲਾ ਵਾਲਾ ਬੱਲਾ ਉਹ ਲੈ ਗਿਆ ਧੱਪ ਕੇ ਨੰਬਰ ਬੱਲਾ ਵਾਲੇ ਦਾ ਤਾੜੀ ਮਾਰਦੇ ਭੋਰੀ ਖੁੱਲ ਕੇ ਮੈਂ ਦਾ ਸਵਾਦ ਆ ਰਿਹਾ ਅਗਲੀ ਰੇਡ ਪਾਉਣ ਲਈ ਫਿਰ ਤੇਜ਼ ਅੱਗੇ ਨੂੰ ਵਾਧਾ ਆ ਰਿਹਾ ਕੌਣ ਬੈਸਟ ਬਣਦਾ ਹੈ ਕੌਣ ਫਸਟ ਤੇ ਕੌਣ ਟੀਮ ਸੈਕਿੰਡ ਆਵੇਗੀ ਇਹ ਸਮਾਂ ਦੱਸੇਗਾ ਲਓ ਕਬੱਡੀ ਵੇਖਦਾ ਫਿਰ ਪਈ ਹੋਈ ਹੈ ਤੇ ਸਾਹਮਣੇ ਨੰਬਰ ਜਿਹੜਾ ਹੈ ਰੇਟਰ ਨੇ ਆਪਣੀ ਟੀਮ ਦੇ ਵਾਸਤੇ ਜੋੜ ਦਿੱਤਾ ਹੈ ਵਾਹ ਮੁੰਡਿਆ ਇੱਕ ਚੋਟੀ ਦਾ ਨੰਬਰ ਜੁੜ ਗਿਆ ਆ ਬਿਆਸ ਲਾ ਕੇ ਰਹਿ ਸੁਖਮਨ ਕਬੱਡੀ ਪਾਉਣ ਲਈ ਤਿਆਰ ਹੈ ਦੁਆਬੇ ਤੋਂ ਬਾਅਦ ਜਦੋਂ ਬਿਆਸ ਟੱਪ ਕੇ ਪਹਿਲਾ ਪਿੰਡ ਸ਼ੁਰੂ ਹੁੰਦਾ ਬਿਆਸ ਤੇ ਬੁੱਢਾ ਥੇ ਤੇ ਮੁੰਡਾ ਕਹਿੰਦੇ ਮਾਝੇ ਵਾਲਾ ਕਬੱਡੀ ਭਾ ਰਿਹਾ ਚਾਰ ਜਾਂ ਸੇਣੇ ਪੱਲਾ ਵਾਲੇ ਲੱਗ ਜਾ ਟੁੱਟ ਕੇ ਕਰਾ ਦੇ ਫਿਰ ਬਹਿ ਜਾ ਬਹਿ ਜਾ ਆ ਪੈਂਦੀ ਕਬੱਡੀ 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 ਵਾਹ ਓਏ ਸੁਖਮਨ ਸੁਖਮਨ ਚੋਲਾ ਸਾਹਿਬ ਵਾਲੇ ਨੂੰ ਦੁਨੀਆ ਯਾਦ ਕਰਦੀ ਹੈ ਆਦੋ ਭੜਕੇ ਵਾਲੇ ਦਾ ਵੱਡਾ ਮਾਨ ਸਨਮਾਨ ਰਵਿੰਦਰ ਪੰਜਾਬ ਪੁਲਿਸ ਦੇ ਨਾਲ ਸਾਡੇ ਯੂਕੇ ਵਾਲੇ ਭਰਾਵਾਂ ਵੱਲੋਂ ਰਿਸ਼ਪਾਲ ਹੋਣਾ ਵੱਲੋਂ ਰਾਣੇ ਦਸੀ ਕਿਹੜੇ ਭਰਾ ਵੱਲੋਂ ਆਕਾਸ਼ ਚੰਡੀਗੜ੍ਹ ਵੱਲੋਂ ਇਸ ਵੀਰ ਦਾ ਛੋਟੇ ਆਦਲ ਦਾ ਘੜਕੇ ਵਾਲੇ ਦਾ ਮਾਨ ਸਨਮਾਨ 2100 ਦੀ ਨਗਦ ਰਾਸ਼ੀ ਦੇ ਨਾਲ ਜਿਹੜੇ ਕਬੱਡੀ ਕੱਪ ਤੇ ਕਵੇਗਾ ਲਓ ਗਿਆਨ ਆ ਗਿਆ ਕਰ ਗੱਲ ਮੁੰਡੇ ਲਓ ਰੇਡ ਨਦੌਰ ਵਾਲਾ ਪੌੜੀ ਫਿਰ ਵਾਧਾ ਹੈ ਪੱਲ ਨੌ ਵਾਲਾ ਹੈ ਫੇਰ ਇੱਧਰ ਜੱਸਾ ਆਹ ਚਾਕਾ ਦਿੱਤਾ ਹੈ ਡਾਕਾ ਓਏ ਮੁੰਡਾ ਇਹਦਾ ਫਾਸ਼ਾ ਮੈਚ ਵਧੀਆ ਲੱਗ ਰਿਹਾ ਕਿਹੜੀ ਤਾੜੀਆਂ ਮਾਰ ਦਿਓ ਜ਼ੋਰਦਾਰ ਤਾੜੀਆਂ ਮਾਰ ਦਿਓ ਤਾੜੀਆਂ ਮਾਰਦੇ ਜੇ ਇੱਕ ਪਾਸਾ ਕਰੀ ਮੁੰਡਾ ਦੇ ਤਾੜੀਆਂ ਮਾਰ ਦੋ ਆਪ ਮੁਹਾਰੇ ਤਾੜੀ ਮਾਰੀ ਹੈ ਕਿ ਬੰਦਾ ਨਹੀਂ ਉਹ ਕੁੱਤਿਆਂ ਦੀ ਜਾਤ ਹੋਣੀ ਆ ਉਹ ਕੱਢਦਾ ਹੈ ਗਾਲ ਜਿਹੜਾ ਸਕੀ ਭੈਣ ਨੂੰ ਜਿਹਨੇ ਪਿਓ ਦੇ ਦਾੜੇ ਨੂੰ ਹੱਥ ਪਾਲਿਆ ਉਹ ਗੱਡਾ ਖੜਾ ਇਹੋ ਜਿਹੇ ਨੂੰ ਪੁੱਤ ਕਹਿਣ ਨੂੰ ਤਾਮ ਸ਼ਾਮ ਗਲੀਆਂ ਤੇ ਬੜੇ ਫਿਰਦੇ ਜੰਮਣੇ ਨੀ ਮਾਣਕ ਤੇ ਮਾਣਕ ਤੇ ਮਾਣਕ ਤੇ ਛਿੰਦੇ ਸੋਹਣੇ ਹੈ ਉਹ ਮਾਵਾਂ ਦੀ ਜੋ ਛਾਤੀ ਵਿੱਚੋਂ ਮਿਲਦੀ ਦਲੇਰੀ ਉਹ ਪੈਕਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਰਾਜੂ ਕਰ ਗੱਲ ਤੇਰੇ ਹਰਮਨ ਭਾਈ ਹੈ ਬੇਨਤੀ ਹੈ ਗਰਾਊਂਡ ਕਲੀਅਰ ਰੱਖੀ ਆਪਾਂ ਬੈਚ ਚੋਟੀ ਦਾ ਚੱਲ ਰਿਹਾ ਹੈ ਲਾ ਫਿਰ ਹਰਮਨ ਨੇ ਨੰਬਰ ਦਾ ਵਾਧਾ ਆਪਣੀ ਟੀਮ ਲਈ ਕਰ ਦਿੱਤਾ ਹੈ ਅੱਜ ਦੇ ਦਿਨ ਦਾ ਸੁਪਰ ਫਾਈਨਲ ਖੇਡਾ ਆ ਰਿਹਾ ਇਹ ਮੁਬਾਰਕਬਾਦ ਹੈ ਸਾਰੀ ਪ੍ਰਬੰਧਕ ਕਮੇਟੀ ਨੂੰ ਜਿਹੜੇ ਭਰਾਵਾਂ ਨੇ 6 ਵਜੇ ਫਾਈਨਲ ਮੈਚ ਆ ਸ਼ੁਰੂ ਕਰਵਾ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਤੁਹਾਡੀ ਮੁਬਾਰਕਬਾਦ ਵੀ ਹੈ ਸਮੇਂ ਸਿਰ ਕਬੱਡੀ ਦੀ ਗੱਲ ਥੋੜਾ ਟੀਮਾਂ ਨੇ ਪਹਿਲਾਂ ਖਰਾਬ ਕੀਤਾ ਟੀਮਾਂ ਲੇਟ ਹੋਈਆਂ ਨਹੀਂ ਤਾਂ ਫਾਈਨਲ ਬਹੁਤ ਸਮਾਂ ਪਹਿਲਾਂ ਕਰਾ ਦੇਣਾ ਸੀ
ਸੀਗਾ ਭਰਾਵਾਂ ਨੇ। ਸੋ ਬਹੁਤ ਬਹੁਤ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਨੇ। ਇੱਕ ਵੱਖਰੀ ਸੋਚ ਸ਼ੱਕਰਪੁਰੀ ਹੈ, ਦੂਜੇ ਪਾਸੇ ਸ਼ਾਹਪੁਰੀ ਹੈ। ਵਾਹ ਸ਼ਾਹਪੁਰੀ ਹੈ, ਇਹ ਸ਼ੌਰਵ ਹੈ, ਇੱਕ ਤਗੜੇ ਇਨਕਲਾਬਾਂ ਦਾ ਕਰਦਾ ਹੈ। ਅੜੀ ਰੇਡ ਮਟਕ ਮਟਕ ਪੱਬ ਧਰਦਾ, ਕਹਿੰਦੇ ਛੋਟਾ ਪਰ ਪੰਜਾਬ ਦੇ ਵੱਡੇ ਮੇਲੇ ਤੇ ਹਰਮਨ ਆ ਗਿਆ। ਸ਼ੇਰੇ ਕਰੀ ਗੱਲ ਲਾ, ਹਰਮਨ ਆ ਗਿਆ, ਕੱਲ ਨੂੰ ਵੀ ਇਸੇ ਤਰ੍ਹਾਂ ਵੱਡੇ ਮਾਲ ਲਾਉਣੇ ਆ, ਵੱਡੇ ਮਾਲ ਲਾਉਣੇ ਆ। ਦੁਨੀਆ ਦੀ ਖੇਡ ਕਬੱਡੀ ਉਤਰਨੀ ਹੈ, ਉਹ ਬੱਲੇ 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 ਗੱਬਰ ਦੀ ਮਕਾਮ ਰਾਮ ਮਕਾਮ ਰਾਮ ਕਰ ਗੱਲ ਮੁੰਡੇ ਦੀ ਹੋਰ ਰੇਟ ਤੇ ਬਾਈਜੇ ਬੱਲਾ ਬਾਲੇ ਦੀ ਖੇਡ ਬੜੀਆ ਲੱਗਦੀ, ਤਾੜੀਆਂ ਮਾਰ ਕੇ ਦੱਸ ਲਿਓ ਮੁੰਡਾ ਕਮਾਲ ਕਰ ਗਿਆ। ਵਾਹ ਬੱਲਾ ਵਾਲੇ ਟੈਸਟਾਂ ਵਾਲੀ ਲਾਈਨ ਦੇ ਵਿੱਚ ਮੁੰਡਾ ਕਮਾਲ ਕਰੀ ਆ ਰਿਹਾ। ਸ਼ਾਹਪੁਰੀਆ ਵੀ ਵੇਰ ਵੇਰ ਕੇ ਰੇਟਾਂ ਪਾ ਰਿਹਾ। ਆਹ ਮੇਰੇ ਵੀਰੋ ਕਬੱਡੀ ਪਾਉਣ ਲਈ ਅੱਗੇ ਨੂੰ ਵੱਧਦਾ, ਚਾਰ ਜਾਫਿਆਂ ਦੀ ਘੁੰਮਦੀ ਹੋਈ ਚੈਨ ਲੈ ਵੀ ਚੋਲਾ ਸਾਹਿਬ ਵਾਲਿਆ ਕਰਦੇ ਫਿਰ ਕਮਾਲ। ਪਰ ਸ਼ੱਕਰਪੁਰੀ ਹੈ, ਪਰ ਸ਼ੱਕਰਪੁਰੀ ਹੈ, ਸ਼ੱਕਰਪੁਰੀ ਹੈ, ਆਹ ਸ਼ੱਕਰਪੁਰੀ ਆ ਮੁੰਡਾ ਕਮਾਲ ਕਰ ਗਿਆ ਕਿ ਛੱਡ ਕੇ ਦੇਸ਼ ਦਵਾਪਾ ਅੰਬੀਆਂ ਨੂੰ। ਬੇਨਤੀ ਹੈ ਹਾਂਜੀ, ਮੈਂ ਰੇਡ ਤੋਂ ਬਾਅਦ ਮੈਚ ਰੁਕਣਾ, ਸਾਰੇ ਵੀਰ ਪਿੱਛੇ ਚਲੇ ਜਾਓ। ਮੈਂ ਪਹਿਲਾਂ ਆਖਿਆ ਸੀਗਾ ਪਿੱਛੇ ਹੋ ਜਾ ਯਾਰ, 6 ਮਿੰਟ ਮੈਂ ਪਹਿਲਾਂ ਆਖਿਆ ਸੀਗਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ। ਪਾਣੀ ਵਾਲੇ ਵੀਰ ਹੋਵੋ ਪਿੱਛੇ ਪਿੱਛੇ, ਜਿਹੜੇ ਵੱਧ ਭਰਾ ਖੜੇ ਆ ਜਿਹੜੇ ਜਰਸੀਆਂ ਦੇ ਵਿੱਚ ਖੜੇ ਆ ਹੋਵੋ ਪਿੱਛੇ ਪਿੱਛੇ, ਲੈ ਵੀ ਤੇਜ਼ 1 ਮਿੰਟ ਰੁਕ ਭਰਾ ਬਣ ਕੇ, 1 ਮਿੰਟ ਰੁਕ ਜਿਓ ਫਿਰ 1 ਮਿੰਟ ਦੀ ਬੇਨਤੀ ਆਵੋ ਪਿੱਛੇ ਪਿੱਛੇ ਭਰਾ ਬਣ ਕੇ, ਕੋਚ ਇੱਕ ਇੱਕ ਖੜੋ ਬੇਨਤੀ ਆ ਭਰਾ ਬਣ ਕੇ, ਪਲੇਅਰ ਵੀ ਸਾਰੇ ਡੀਟ ਤੇ ਰੇਟਰ ਵੀ ਪਿੱਛੇ ਪਿੱਛੇ ਆਓ ਭਰਾ ਬਣ ਕੇ। ਇੱਕ ਰੇਟਰ ਨੇ ਕਬੱਡੀ ਪਾਉਣੀ ਆ, 6-6 ਰੇਟਰ ਢੇਰੀਆਂ ਦੇ ਖੜੇ ਆ, ਇਹ ਪ੍ਰਵਾਨ ਕਰੋ ਸਾਰੇ ਰਿਸਪੈਕਟ ਦੇ ਖਿਡਾਰੀ ਨੇ। ਸੋ ਬੇਨਤੀ ਆ ਥੋੜਾ ਥੋੜਾ ਪਿੱਛੇ ਰਹੀ ਆਪਾਂ ਨਾ ਰੇਡ ਲੈ ਵੀ ਸ਼ੇਰੇ ਕਰੀ ਗੱਲ। ਮਣੀ ਤੇ ਸ਼ਾਮੂ ਵੀ ਆਏ ਹੋਏ ਆ, ਧੰਨਵਾਦ ਹੈ। ਜੇ 11 ਦੇ ਵਿੱਚ ਆ ਕੇ ਆਪਾਂ ਰੋਲ ਨਾ ਰੱਖੇ ਤੇ ਫਿਰ ਤੇ ਮੇਰੀ ਬੇਨਤੀ ਹੈ ਕਬੱਡੀ ਨੂੰ ਪਿਆਰ ਹੀ ਨਹੀਂ ਕਰਦੇ ਤੁਸੀਂ, ਫਿਰ ਆਹ ਕਹਿ ਲੈਣਾ ਬਣਦਾ ਹੈ। ਮੇਰੀ ਬੇਨਤੀ ਹੈ ਪਿੱਛੇ 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 ਹੋ ਜਾਓ। ਆਹ ਕੁੰਡੀ ਹੈ ਚੋਲੇ ਵਾਲਾ ਕੋਸ਼ਿਸ਼ ਕਰਦਾ ਪਰ ਨੰਬਰ ਰੇਡਰ ਦਾ ਸੁਖਮਨ ਆ ਗਿਆ ਹੈ। ਇਹ ਮੱਥਾ ਟੇਕਿਆ ਗੱਭਰੂ ਨੇ ਹੱਥ ਜੋੜੇ, ਲੱਗਿਆ ਰੱਬ ਨੂੰ ਤੇ ਆਉਣ ਲੋਕੋ ਮਾਰੋ ਤਾੜੀਆਂ, ਸ਼ੇਰ ਨੂੰ ਦਿਓ ਥਾਪੀ, ਢਾਵੀ ਚੱਲਿਆ ਰੇਡ ਪਾਉਣ ਲੋਕੋ, ਢਾਵੀ ਚੱਲਿਆ ਕਬੱਡੀ ਪਾਉਣ ਲੋਕੋ। ਤੇ ਬਾਹ ਹੋ ਗਿਆ ਕੋਸ਼ਿਸ਼ ਕਰਦਾ ਤੇ ਸੁਖਮਨ ਨੇ ਨੰਬਰ ਦਾ ਵਾਅਦਾ ਕਰ ਦਿੱਤਾ ਹੈ। ਵਾਹ ਸੁਖਮਨ ਹੈ, ਇੱਕ ਤਗੜੇ ਇੰਕ ਦਾ ਵਾਅਦਾ ਕਰਦਾ ਹੈ। ਅਸੀਂ ਰੇਡ ਵੇਖਣਾ ਮੁੰਡਾ ਕੌਣ ਪਾਵੇ। ਲਓ ਸਾਹਮਣੇ ਕਬੱਡੀ ਪੈ ਰਹੀ ਹੈ ਕਿ ਜਦ ਲੋਹਾ ਕਰਦਾ ਲੋਹੇ ਨੂੰ ਫਿਰ ਭਾਪੜ ਮੱਚਣਗੇ ਆ ਰਿਆਂ ਦੇ ਰਾਜੇ ਖੇਲੇ ਉਸੇ ਦੀ ਜਿੱਤ ਹੁੰਦੀ। ਮੁੱਲ ਪੈਂਦੇ ਨੀ ਫੋਕੇ ਲਲਕਾਰਿਆਂ ਦੇ, ਹਾਂ ਮੁੱਲ ਪੈਂਦੇ ਨੀ ਫੋਕੇ ਲਲਕਾਰਿਆਂ ਦੇ। ਮੁੰਡਾ ਕੋਸ਼ਿਸ਼ ਕਰਦਾ ਤੇ ਨੰਬਰ ਜਿਹੜਾ ਹੈ ਸ਼ਾਹਪੁਰੀ ਆਪਣੀ ਟੀਮ ਦੇ ਵਾਸਤੇ ਸੌਰਵਾ, ਇੱਕ ਤਗੜੇ ਇੰਕ ਦਾ ਵਾਅਦਾ ਕਰ ਗਿਆ ਕਿ ਪਤਾ ਨੀ ਕਿਵੇਂ ਲਾ ਤੁਰ ਗਏ ਖੇਡ ਕਬੱਡੀ ਦੇ। ਸੁਖਮਨ ਦੇ ਜਾਣ ਵਾਲੀ ਗੱਲ ਦਿਲ ਤੇ ਲੱਗੀ ਜੇ ਕਿ ਕਾਤੋ ਕਾਲੀ ਕਰ ਗਿਆ ਵੀ ਤੂੰ ਗਗਨ ਜਲਾਲ ਦੇ ਹੈ, ਤੇਰੀ ਘਾਟ ਰੜਕਦੀ ਰਹਿਣੀ ਸਦਾ, ਬਿੱਟੂ ਦਵਾਲ ਦਿਆਂ ਤੇਰੀ ਘਾਟ ਰੜਕਦੀ ਰਹਿਣੀ ਸਦਾ, ਬਿੱਟੂ ਦਵਾਲ ਦਿਆਂ। ਸ਼ਾਲੂ ਭਰਾ ਹੋਣੀ ਕਹਿੰਦੇ ਆ ਸਾਗਤ ਨੂੰ ਫੇਰ ਇੱਕ ਵਾਰੀ ਸੱਦਾ ਦਿਓ ਕਿ ਸਵੇਰੇ ਵੱਡੇ ਮਾਲ ਲਾਉਣੇ ਹੈ। ਕਮਲਜੀਤ ਸਿੰਘ ਜੀ ਸਰਪੰਚ ਸਾਹਿਬ ਹੋਣੀ ਨਾਲ ਸਾਡੇ
ਬਲਜਿੰਦਰ ਸਿੰਘ ਜੀ ਦੁਆਬਾ ਸਾਰੇ ਭਰਾਵਾਂ ਦਾ ਧੰਨਵਾਦ ਹੈ। ਜੇਕਰ ਸਾਰਿਆਂ ਦਾ ਵਾਰੀ ਵਾਰੀ ਕੀਤਾ ਗਿਆ ਹੈ, ਇਹ ਤੇ ਕੋਈ ਦੱਸਣ ਦੀ ਲੋੜ ਨਹੀਂ ਵੀ ਅੱਜ ਮੈਚ ਕਿੱਥੇ ਚੱਲਦੇ ਆ। ਉਹ ਕੈਰੋ ਦੇ ਵਿੱਚ ਸ਼ਕਰਪੁਰੀਆ, ਵਾਹ ਸ਼ਕਰਪੁਰੀਆ, ਇਹ ਸ਼ਕਰਪੁਰੀਆ ਜੱਫਾ ਲਾ ਕੇ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਰਾਣਾ। ਕਬੱਡੀ ਪਾਉਣ ਲਈ ਤਿਆਰ ਹੈ ਕਸਰੇ ਦਾ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਦੋਨਾਂ ਟੀਮਾਂ ਦੇ ਵਿਚਕਾਰ। ਨਾ ਰਾਣੇ ਨੇ ਕਬੱਡੀ ਪਾਉਣੀ ਹੈ, ਉੱਚੇ ਨਵੇਂ ਦਵਰਜੀ ਵਾਲੇ ਦੀਪ ਦੇ ਭੁਲੇਖੇ ਪਾਉਂਦਾ ਮੰਨਣਾ, ਲਾ ਰੇਡਾ ਸਿਰੇ ਸਿਰੇ ਦੀਆਂ ਪਾਉਂਦਾ ਮੰਨਣਾ। ਹੁਣ ਵੇਖਣਾ ਅਲਕਾ ਜਾ ਚੁੱਕਿਆ, ਚਾਰ ਜਾਫਿਆਂ ਦੇ ਉੱਪਰ ਭੁੱਲਿਆ ਧਾਵਾ ਪੱਲਾਂ ਵਾਲਾ ਕੋਸ਼ਿਸ਼ ਕਰ ਰਿਹਾ। ਤੇ ਨੰਬਰ ਜਿਹੜਾ ਹੈ ਰਾਣੇ ਨੇ ਆਪਣੀ ਟੀਮ ਦੇ ਵਾਸਤੇ ਜੋੜ ਦਿੱਤਾ ਹੈ। ਲਾ ਸ਼ਾਹਪ੍ਰੀਅ ਸਰਵ ਦੀ ਰੇਡ, ਸ਼ੇਰੇ ਬਾਈ ਕਰੀ ਗੱਲ। ਆਕਾਸ਼ ਚੰਡੀਗੜ੍ਹ ਤੇ ਰਵਿੰਦਰ ਪੰਜਾਬ ਪੁਲਿਸ ਵੱਲੋਂ ਆਦਲ ਘੜਕੇ ਦਾ 5500 ਦੀ ਨਗਦ ਰਾਸ਼ੀ ਦੇ ਨਾਲ ਜਿਹੜੇ ਕੱਪ ਤੇ ਕਵੇਗਾ ਉਹ ਬੱਲੇ 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 ਮਾਈ ਆਪਣੀ ਮਾਂ ਸਮਝਾਣਾ, ਬੋਲਣ ਦਾ ਇਹਨੂੰ ਢੰਗ ਸਿਖਾਣਾ, ਨਹੀਂ ਕੋਈ ਚੜ੍ਹਦੂ ਚੰਦ ਵੇ ਮੈਂ ਬੁਰੀ ਕਰੂੰਗੀ, ਨਬਜਾ ਕਰਦੂ ਬੰਦ ਵੇ ਮੈਂ ਬੁਰੀ ਕਰੂੰਗੀ। ਅਗਲੇ ਹਾਫਲੇ ਲਈ ਬੁਲਾਰੇ ਵੀ ਤਿਆਰ ਰਹਿਣ। ਲਓ ਸੁਖਮਨ 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 ਪਰ ਜੱਫਾ ਸਭਰਾਵਾਂ ਵਾਲੇ ਦਾ ਰਾਜੂ ਆ ਜਾ ਉੱਥੇ ਹੀ। ਸਭਰਾਵਾਂ ਵਾਲੇ ਦਾ ਨੰਬਰ ਰੇਟਰ ਨੇ ਆਪਣੀ ਟੀਮ ਦੇ ਵਾਸਤੇ ਜੋੜ ਦਿੱਤਾ ਹੈ ਖੇਡ ਦੇ ਮੈਦਾਨ ਵਿੱਚ। ਲਓ ਕਬੱਡੀ ਕਬੱਡੀ ਕਰਦਾ ਕਿਹਨੂੰ ਫਿਰ ਗੱਭਰੂ ਨੇ ਬੋਲਿਆ ਧਾਵੈ ਚਾਰ ਜਾਫੀ ਨੇ ਆਏ ਸ਼ਕਰਪੁਰੀ ਕੋਸ਼ਿਸ਼ ਕਰ ਰਿਹਾ ਤੇ ਵੇਖ ਰਿਹਾ ਆ ਮੁਕਾਬਲਾ 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 ਭੱਜ ਰਿਹਾ ਭਾਚਾ ਆ ਪੱਲੇ 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 ਆ ਸਿਰਾ ਕਰਵਾ ਗਿਆ ਮੁੰਡਾ ਸੁਰ ਸਿੰਘ ਅੱਜ ਟਾਪ ਟਾਪ ਰੇਡਾ ਪਾ ਗਿਆ ਮੁੰਡਾ ਬਹੁਤ ਬਹੁਤ ਧੰਨਵਾਦ ਹੈ ਕੈਰੋ ਵਾਲੇ ਭਰਾਵਾਂ ਦਾ, ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਅਗਲੇ ਮੈਚ ਦੇ ਲਈ ਗੋਪਾਲਾ ਸਾਹਿਬ ਆਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾ ਰੇਡ ਪੈ ਰਹੀ ਹੈ, ਸਾਹਮਣੇ ਵੇਖਣਾ ਸੁਖਮਨ, ਦੂਜੇ ਪਾਸੇ ਬੱਬੂ ਤੇ ਸੁਖਮਨ, ਪਰ ਵੇਖਣਾ ਨੰਬਰ ਜਿਹੜਾ ਰੇਡਰ ਹੈ। ਥੋੜੀ ਬੇਨਤੀ ਹੈ ਖਿਡਾਰੀਆਂ ਨੂੰ ਕਿ ਆਪ ਹੀ ਦੇਖੋ ਮਾੜਾ ਜਿਹਾ ਯਾਰ, ਬੇਨਤੀ ਆਓ ਪਿੱਛੇ ਪਿੱਛੇ ਥੋੜਾ ਥੋੜਾ ਪਿੱਛੇ ਪਿੱਛੇ ਆਓ ਭਰਾ ਬਣ ਕੇ। ਬਾਈ ਜੀ ਗਰਾਊਂਡ ਕਲੀਅਰ ਕਰ ਦਿਓ, ਬੇਨਤੀ ਹੈ ਗਰਾਊਂਡ ਕਲੀਅਰ ਕਰ ਦਿਓ। ਇਧਰਲੇ ਪਾਸੇ ਕਿਤੇ ਤੇਜ ਵੀਰ ਆਓ, ਧੁੰਨਾ ਵਾਲਾ ਨੀ, ਇਹ ਕਹਿੰਦੇ ਸੁਰ ਸੰਗੀਆ, ਇਹ ਕਹਿੰਦੇ ਸੁਰ ਸੰਗੀਆ। ਲਓ ਭਿੰਦੇ ਨੇ ਕੀਤੀ ਟਰਾਈ, ਐ ਨੀ ਕਹਿੰਦੇ ਮੁੰਡਾ ਬਾਟਾਂ ਵੱਧਦਾ ਜਾਂਦਾ। ਗੱਲਾਂ ਕੈਰੋ ਦੇ ਕੱਪ ਦੀਆਂ, ਅੱਜ ਕਿੰਨੇ ਬੈਸਟ ਬੰਦਾ ਆਓ, ਕਿੰਨੇ 2100 ਰੁਪਇਆ ਜਿੱਤਣਾ, 2100 ਤਾਂ ਕਿਆ 1100 ਰੁਪਇਆ ਬੈਸਟਾਂ ਨੂੰ ਦੇਣਾ, ਤੇ ਜਿਹੜਾ 1000 ਰੁਪਇਆ ਸਾਡੇ ਪੰਨੂ ਡਾਕਟਰਾਂ ਨੂੰ ਦਿੱਤਾ ਜਿਹੜਾ ਕੁੱਲ ਬਣਾ ਕੇ 2100 ਰੁਪਇਆ ਲਾਲੀ। ਅੱਜ ਕਹਿੰਦੇ ਉਲਟ ਫੇਰ ਹੋਣੇ, ਉਲਟ ਫੇਰ ਹੋਣਗੇ ਭਾਈ, ਕੀ ਲੇਖਾ ਜੋਖਾ ਲੈਵੇਂ। ਗੋਪਾਲੇ ਵਾਲਾ ਜ਼ਰੂਰ ਦੱਸਿਓ ਆ ਮੈਚ ਦਾ, ਅੱਧਾ ਸਮਾਂ ਦੋਨੋਂ ਟੀਮਾਂ ਖੇਡ ਚੁੱਕੀਆਂ ਨੇ, ਕਿਹੜੀ ਟੀਮ ਕਿੰਨੇ ਪੁਆਇੰਟਾਂ ਨਾਲ ਅੱਗੇ ਆ ਰਹੀ ਹੈ ਇਹ ਵੀ ਆਪਾਂ ਦੱਸ ਦਈਏ। ਹਾਫ ਸਮਾਂ ਕੈਰੋ 20-13 ਤੇ ਕੈਰੋ ਇਹ 17.5, ਅਜੇ ਤਾਂ ਤੀਰ ਕਮਾਨ ਵਿੱਚ ਹੈ, ਕੁਝ ਵੀ ਹੋ ਸਕਦਾ, ਅਜੇ ਤਾਂ ਬੋਲ ਜਵਾਨ ਵਿੱਚ ਹੈ, ਕੁਝ ਵੀ ਹੋ ਸਕਦਾ। ਲਓ ਕੈਰੋ ਦਾ ਫਾਈਨਲ ਗਰਾਊਂਡ ਕਲੀਅਰ ਕਰ ਦਈਏ, ਬਾਈ ਜੀ ਬੇਨਤੀ ਹੈ ਗਰਾਊਂਡ ਕਲੀਅਰ ਕਰ ਦਈਏ, ਗਰਾਊਂਡ ਹੀਰੇ ਭਲਵਾਨ ਜੀ ਕਲੀਅਰ ਕਰਾ ਦਈਏ, ਕਿਉਂਕਿ ਅੱਜ ਕਿੰਨੇ ਬੈਸਟ ਬਣਨਾ, ਕਿੰਨੇ ਕਹਿੰਦੇ ਅੱਜ ਵੱਡਾ ਪ੍ਰਾਈਜ਼ ਜਿੱਤਣਾ, ਕਿਉਂਕਿ ਇਹਨਾਂ ਲਈ ਵੱਡਾ ਪ੍ਰਾਈਜ਼ ਆ
ਆਉਣ ਵਾਲੇ ਸਮੇਂ ਦੇ ਕਿਤੇ ਬਹੁਤ ਵੱਡੇ ਬਾਲਾ ਮਿਲ ਵੀਰੋ, ਆਉਣ ਵਾਲਾ ਸਮਾਂ ਇਹਨਾਂ ਦੇ ਲਈ ਆ। ਇਹ ਖਿਡਾਰੀ ਕਹਿੰਦੇ ਕੋਈ ਅਮਰੀਕਾ ਖੇਡੂ, ਕੋਈ ਇੰਗਲੈਂਡ ਖੇਡੂ, ਤੇ ਕੋਈ ਕਹਿੰਦੇ ਦੁਬਈ, ਕੋਈ ਮਲੇਸ਼ੀਆ, ਕੋਈ ਨਿਊਜ਼ੀਲੈਂਡ। ਆਉਣ ਵਾਲਾ ਸਮਾਂ ਕਹਿੰਦੇ ਇਹਨਾਂ ਵੀਰਾਂ ਦਾ ਲੈ ਵੀ ਤੇਜ ਪਾਓ ਰੇਡ ਮੁੰਡਿਆ, ਤੇਜ ਪਾਓ ਰੇਡ। ਖੇਡ ਗਰਾਊਂਡ ਦੇ ਵਿੱਚ ਕਹਿੰਦੇ ਸੁਰ ਸਿੰਘੀਆ ਆਓ, ਮਧਰੀ ਜੀ ਗੋਟੀ ਦਾ ਖਿਡਾਰੀ ਕਹਿੰਦੇ ਅੱਗੇ ਵਧਣ ਲੱਗਾ। ਪ੍ਰੰਦੀਪ ਪ੍ਰਿਆ ਨੂੰ ਉਸਤਾਦ ਮੰਨਦਾ ਤੇ ਪ੍ਰੰਦੀਪ ਪ੍ਰਿਆ ਕਹਿੰਦੇ ਆ ਮੁੰਡੇ ਦੀਆਂ ਕਲਿੱਪਾਂ ਕੱਟ ਕੱਟ ਕੇ ਬਲੌਗ ਦੇ ਵਿੱਚ ਪਾਉਂਦਾ। ਲੋ ਇਧਰਲੇ ਪਾਸੇ ਜਾਫੀ ਚਾਰ, ਅੱਜ ਕਹਿੰਦੇ ਸ਼ਕਰਪੁਰੀਏ ਨੇ ਕਹਿੰਦੇ ਉਹ ਸਿਰਾ ਕਰਾਇਆ ਹੋਇਆ ਅੱਜ ਬੈਸਟਾਂ ਦੀ ਦੌੜ ਦੇ ਵਿੱਚ। ਪਰ ਇਧਰਲੇ ਪਾਸੇ ਰਾਜੂ ਬਾਈ ਕਰੀ ਗੱਲ, ਆਹ ਮੁੰਡਾ ਸਿਰਾ ਕਰਵਾ ਗਿਆ, ਸੁਰ ਸਿੰਘ ਨੰਬਰ ਦਾ ਵਾਅਦਾ ਕਰ ਗਏ ਬੈਸਟਾਂ ਨੂੰ ਮੇਰੇ ਵੀਰੋ ਵੱਡੇ ਮਾਂ ਦੇ ਪਿਆਉਣੇ ਆ। ਅਗਲੀ ਕਬੱਡੀ ਪਾਉਣ ਲਈ ਫਿਰ ਵੇਖਦਾ ਸੁਖਮਨ ਨੇ ਦਮ ਭਰਿਆ, ਆ ਬੋਲਿਆ ਧਾਵਾ ਸੁਖਮਨ ਹੈ। ਚਾਰ ਜਾਫੀਆਂ ਦੇ ਉੱਪਰ ਪੈਂਦੀ ਕਬੱਡੀ, ਇੱਕ ਕੰਨੀ ਦੇ ਉੱਪਰ ਬੰਨਾ ਵਾਲਾ ਹੈ, ਨਾਲ ਵੇਖਣਾ ਸਭਰਾਵਾਂ ਵਾਲਾ ਹੈ। ਆ ਪਾਲਣ ਨੌ ਵਾਲਾ ਮੁੰਡਾ ਫੜ ਕੇ ਗੁੱਟ ਲਾ ਗਿਆ ਕੈਂਚੀ, ਨੰਬਰ ਨੰਬਰ ਰੇਡਰ ਜਾਂ ਜਾਫੀ ਨੇ ਨੰਬਰ ਸੁਖਮਨ ਨੇ ਆਪਣੀ ਟੀਮ ਦੇ ਵਾਸਤੇ ਜੋੜ ਦਿੱਤਾ। ਸੁਖਮਨ ਨੇ ਕਹਿੰਦੇ ਆਪਣੀ ਟੀਮ ਦੇ ਲਈ ਤੈਨੂੰ ਪਰਦਾ ਪਰਦਾ ਕਰ ਦਿੱਤਾ, ਲੈ ਵੀ ਮੈਚ ਵਧੀਆ ਲੱਗਦਾ ਕਰਾਂ, ਤਾੜੀ ਮਾਰ ਦਿਓ ਮੇਰੇ ਭਰਾ। ਐਂ ਕਿਤੇ ਤਕੜਾ ਮੈਚ ਚੱਲ ਰਿਹਾ, ਕੈਰੋ ਦੀ ਧਰਤੀ ਆ ਫਾਈਨਲ, ਆਹ ਫਾਈਨਲ ਕਹਿੰਦੇ ਕੈਰੋ ਦਾ। ਇਧਰਲੇ ਪਾਸੇ ਕਹਿੰਦੇ ਆਹ ਫਰੰਦੀ ਪੁਰੀਏ ਦੇ ਚੇਲੇ ਦੀ ਕਬੱਡੀ ਆ ਮੇਰੇ ਵੀਰੋ, ਆਹ ਫਰੰਦੀ ਪੁਰੀਏ ਚੇਲੇ ਦੀ ਕਬੱਡੀ। ਪਰ ਇਧਰਲੇ ਪਾਸੇ ਸ਼ਕਰਪੁਰੀਆ ਆਹ ਫਾਟਕ ਬਣ ਗਿਆ, ਆਹ ਫਾਟਕ ਫਾਟਕ ਆਹ ਫਾਟਕ ਬੰਦ ਹੋ ਗਿਆ, ਆਹ ਫਾਟਕ ਬੰਦ ਹੋ ਗਿਆ। ਉਧਰਲੇ ਪਾਸੇ ਸੁਰ ਸਿੰਘੀਆ ਕਹਿੰਦੇ ਬੈਸਟਾਂ ਦੀ ਦੌੜ ਵਿੱਚ ਆਊਗਾ, ਐਂਡ ਕਹਿੰਦੇ ਰੇਡਾਂ ਪਾ ਰਿਹਾ। ਲੈ ਵੀ ਰਾਜੂ ਬਾਈ ਅਗਲੀ ਰੇਡ ਕਰੀ ਗੱਲ, ਲੈ ਰੇਡਾਂ ਪਾ ਰਹੇ ਖੇਡ ਦੇ ਮੈਦਾਨ ਦੇ ਵਿੱਚ, ਸਿਰੇ ਦਾ ਮੈਂ ਜਿਹੜਾ ਕਰ ਰਿਹਾ। ਕਦੇ ਵੇਖਣਾ ਇੱਧਰ ਰੇਡ ਤੇ ਜੱਫਾ ਇੱਧਰ ਲੱਗਦਾ, ਕਦੇ ਉੱਧਰ ਜੱਫਾ ਲੱਗਦਾ। ਆਹ ਕਬੱਡੀ ਪਾਉਣ ਲਈ ਅੱਗੇ ਨੂੰ ਫਿਰ ਮੁੰਡਾ ਵਾਧਾ ਹੋਇਆ, ਚਾਰ ਨੇ ਲੈ ਵੀ ਸਭਰਾਵਾਂ ਵਾਲਾ ਚੱਕ, ਕਹਿੰਦੇ ਪੱਲਾਂ ਵਾਲੇ ਨੂੰ ਆਏ ਮੁੰਡਾ ਬੱਗਿਆਂ ਵਾਲਾ ਕੋਸ਼ਿਸ਼ ਕਰਦਾ। ਤੇ ਨੰਬਰ ਜਿਹੜਾ ਹੈ ਸੁਖਮਨ ਨੇ ਆਪਣੀ ਟੀਮ ਦੇ ਵਾਸਤੇ ਜੋੜ ਦਿੱਤਾ। ਅੜੀ ਇਹ ਤੇਜ ਸੁਰ ਸਿੰਘੀਆਂ ਮੁੰਡਾ ਤਿਆਰ, ਐਨ ਸੋਟੀ ਦੀ ਟੱਕਰ ਝੜ ਰਹੀ ਹੈ ਕਿ ਕਿਤਾਬ ਤੜਕ ਹੀ ਲੈ ਲੈਂਦਾ, ਪਰ ਪੜ੍ਹਨਾ ਔਖਾ ਏ। ਮੰਜ਼ਿਲ ਵੀ ਰੱਬ ਦੇ ਦਿੰਦਾ ਪਰ ਖੜਨਾ ਔਖਾ ਏ, ਜੋ ਭੁੱਲ ਜਾਂਦਾ ਧਰਤੀ ਨੂੰ। ਟਿਕੜਾ ਨੀ ਸਮਾਂ ਚਿਰ ਪਾਲਾ, ਨਾਮ ਜੱਗ ਤੇ ਬਣਾਉਣਾ ਨੀ ਸਿਖਾ, ਜੱਗ ਤੇ ਬਣਾਉਣਾ ਨੀ ਸਿਖਾਲਾ। ਬਾਈ ਜੀ ਸਾਡੇ ਸਰਪੰਚ ਸਾਹਿਬ ਜੀ ਕਹਿੰਦੇ ਜਿੰਨੀਆਂ ਮਰਜ਼ੀ ਰੇਡਾਂ ਪਾ ਸਕਦਾ ਖਿਡਾਰੀ, ਜਿੰਨੀਆਂ ਮਰਜ਼ੀ ਰੇਡਾਂ, ਉਹ ਕਿਲੋ ਕਿਲੋ ਸਵਾਦ ਆਉਂਦਾ ਫਾਈਨਲ ਦਾ। ਕਹਿੰਦੇ ਤੇਜ ਉਹ ਬੰਦ ਬੰਦ ਕੇ ਰੇਡਾਂ ਪਾਉਂਦਾ, ਉਹ ਤੇਜ ਕਹਿੰਦੇ ਬੰਦ ਬੰਦ ਕੇ ਰੇਡਾਂ ਪਾ ਰਿਹਾ। ਉਧਰਲੇ ਪਾਸੇ ਸ਼ਕਰਪੁਰੀਆ ਇਹਦੇ ਗੁੱਟ ਦਾ ਨਾਮ ਲੈ, ਇਧਰਲੇ ਪਾਸੇ ਸ਼ਕਰਪੁਰੀਆ ਉਹ ਖੇਡ ਗਰਾਊਂਡ ਦੇ ਵਿੱਚ ਜੱਫਾ ਲਾ ਗਿਆ ਹੀਰਾ ਪਹਿਲਵਾਨ। ਉਹ ਭਰਾ ਸਾਡਾ ਵੱਡੇ ਡਿਸੀਜਨ ਦੇ ਰਿਹਾ, ਇਧਰਲੇ ਪਾਸੇ ਦੁਲੇ ਦੀ ਰੇਡਾ ਰਾਜੂ ਲਾਗਲੀ ਰੇਡ ਸੁਖਮਨ ਪਾ ਰਹੇ ਹੈ ਮੇਰੇ ਪੰਜਾਬੀ ਵੀਰੋ। ਸੁਖਮਨ ਨੇ ਕਬੱਡੀ ਪਾਈ ਹੈ, ਹੁਣ ਵੇਖਣਾ ਪਿਆਸ ਵਾਲਾ ਹੈ ਚਾਰ ਜਾਫੀਆਂ ਵਿੱਚੋਂ ਕੌਣ ਲੈ ਵੀ ਪੱਲਾ ਵਾਲਾ ਪਰ ਸਭਰਾਵਾਂ ਵਾਲਾ ਬੱਬੂ ਕੋਸ਼ਿਸ਼ ਕਰ ਰਿਹਾ। ਤੇ ਸੁਖਮਨ ਅੱਜ ਟਾਪ ਟਾਪ ਦੀਆਂ ਰੇਡਾਂ ਪਾ ਰਿਹਾ ਹੈ। ਬੇਨਤੀ ਹੈ ਪਿੱਛੇ ਪਿੱਛੇ ਜੀ ਆਪਾਂ ਚੋਟੀ ਦਾ ਫਾਈਨਲ ਮੈਚ ਖੇਡ ਦੇ ਮੈਦਾਨ ਦੇ ਵਿੱਚ ਖੁੱਲੀਆਂ ਰੇਡਾਂ ਪਾ ਰਿਹਾ, ਵੇਖਣਾ ਕੌਣ ਬੈਸਟ ਬਣਦਾ ਹੈ। ਸ਼ਕਰਪੁਰੀਆ ਕਰਦੇ ਫਿਰ ਕਮਾਲ, ਜਾਂ ਫਿਰ ਭਾਲੇ ਨਾਲ ਕੋਸ਼ਿਸ਼ ਹੁੰਦੀ ਹੈ, ਜਾਂ ਫਿਰ ਮੁੰਡੇ ਪਿੰਡੀ ਹੈ, ਜਾਂ ਫਿਰ ਮੀਆਂ ਵਿੰਡੀ ਹੈ। ਆਹ ਪੈਂਦੀ ਕਬੱਡੀ ਤੇ ਸਾਹਮਣੇ ਵੇਖਣਾ ਸ਼ਕਰਪੁਰੀਆ, ਦੂਜੇ ਪਾਸੇ ਸੁਰ ਸਿੰਘ ਹੈ, ਸੁਰ ਸਿੰਘ ਤੇ ਸ਼ਕਰਪੁਰੀਆ ਆਹ ਮੁਕਾਬਲਾ ਚੱਲ ਰਿਹਾ। ਬਾਈ ਦੇ ਲਲਕਾਰੇ ਆਹ ਰੱਖਣਾ ਧਾਰ ਦੇ ਵਿੱਚ ਆ
ਹੱਥ ਦੇ ਨੰਬਰ ਰੇਟਰ ਹੈ ਬਾਈ ਜੇ ਮੈਚ ਵਧੀਆ ਲੱਗਦਾ ਤਾੜੀਆਂ ਮਾਰ ਦਿਓ ਜ਼ੋਰ ਦਾ ਮੈਚ ਸਿਰਿਆ ਵੀ ਐਰਪੀ ਟੈਟ ਵੱਲੋਂ ਬੈਸਟ ਹਿੱਟਰ ਤੇ ਬੈਸਟ ਜਾਫੀ ਨੂੰ ਕਾਪਾ ਮੇਰੇ ਵੀਡੀਓ ਰਾਜੂ ਨੋਟ ਕਰਨਾ ਮੇਰਾ ਭਰਾ ਇਧਰਲੇ ਪਾਸੇ ਸੁਖਵਿੰਦਰ ਸਿੰਘ ਜੀ ਹਾਂਗਕਾਂਗ ਵੱਲ ਵੀ ਕਹਿੰਦੇ ਖੁੱਲੀ ਮਾਇਆ ਲਾਉਂਦੇ ਖਿਡਾਰੀਆਂ ਤੇ ਜਦੋਂ ਗੱਲਾਂ ਚੱਲਦੀਆਂ ਇਧਰਲੇ ਪਾਸੇ ਕਹਿੰਦੇ ਆਹ ਮੁੰਡੇ ਨੇ ਉਂਗਲ ਖੜੀ ਕਰ ਦਿੱਤੀ ਆ ਆਹ ਮੁੰਡੇ ਨੇ ਉਂਗਲ ਖੜੀ ਕਰ ਦਿੱਤੀ ਆ ਉਹ ਤੇਜ ਦੀਆਂ ਰੇਡਾਂ ਕਿਲੋ ਕਿਲੋ ਵਧੀਆ ਲੱਗਦੀਆਂ ਆਹ ਤੇਜ ਆ ਗਿਆ ਭਰਾ ਦੇ ਵੱਲੋਂ ਜਿਹੜਾ ਮੇਰੇ ਵੀਰੋ ਅਜੇ ਬਾਈ ਟ੍ਰੇਡਰ ਦੇ ਜਾਫੀ ਨੂੰ ਕੱਪ ਦਿੱਤੇ ਜਾਣੇ ਆ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਡੀਆਰਪੀ ਟੈਟ ਵਾਲੇ ਭਰਾ ਦਾ ਨਾ ਪਾਲਾ ਤੇ ਦੂਜੇ ਪਾਸੇ ਮੁੰਡਾ ਆ ਭੱਜੂ ਕਹਿੰਦੇ ਸੁਰ ਸਿੰਘ ਹੈ ਮੁਕਾਬਲਾ ਚੱਲ ਰਿਹਾ ਰੱਖਿਆ ਧੌਰ ਦੇ ਵਿੱਚ ਆਥਾ ਕਬੱਡੀ 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 ਆਰਪੀ ਟੈਟੂ ਵਾਲਿਓ ਕੱਲ ਨੂੰ ਟੈਟੂ ਬਣਾਉਣੇ ਪੈਣੇ ਆ ਕੱਲ ਨੂੰ ਲੋਕਾਂ ਦੇ ਨੀ ਇੱਕ ਕੰਨੀ ਤੇ ਕਿਤੇ ਬੱਲਾ ਨਾ ਲੱਗਾ ਲੋ ਇਧਰਲੇ ਪਾਸੇ ਮੁੰਡਾ ਉਹ ਬੱਲਾ ਵਾਲਾ ਟਰਾਈ ਕਰਦਾ ਉਹ ਬੱਲਾ ਵਾਲਾ ਕਹਿੰਦੇ ਐਨ ਕਹਿੰਦੇ ਤਗੜਾ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਪਰ ਪੁਆਇੰਟ ਰੇਡਰ ਦਾ ਲੋ ਇਧਰਲੇ ਪਾਸੇ ਸੌਰਵ ਆ ਗਿਆ ਸ਼ਰਮ ਕਬੱਡੀ ਪਾਉਣ ਲਈ ਆ ਗਿਆ ਸ਼ਾਹਪੁਰ ਕਬੱਡੀ ਪਾਉਣ ਲਈ ਆ ਗਿਆ ਡੀਆਰਪੀ ਟੈਟ ਵਾਲੇ ਭਰਾ ਕਹਿੰਦੇ ਅੱਜ ਵੱਡੇ ਮਾਂ ਤੇ ਸਨਮਾਨ ਵੀ ਕੀਤੇ ਜਾਣੇ ਆ ਨਾ ਪੈਂਦੀ ਰੇ ਮੁਕਾਬਲਾ 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 ਇਹ ਕਾਰਜ ਟਰਾਈਆਂ ਕਰਦਾ ਇੱਕ ਪਾਸੇ ਲਾਲੀ ਤੇ ਦੂਜੇ ਪਾਸੇ ਕਹਿੰਦੇ ਕਾਰਜਾ ਅੱਜ ਦੋਵੇਂ ਕਪਤਾਨ ਆ ਟੀਮਾਂ ਦੇ ਭਰਾ ਵੀ ਮੁੰਡਾ ਕਹਿੰਦੇ ਸਿਰੇ ਸਿਰੇ ਦੀਆਂ ਰੇਡਾਂ ਪਾਉਂਦਾ ਉਹ ਸਿਰੇ ਸਿਰੇ ਧਾਵੇ ਇਧਰਲੇ ਪਾਸੇ ਰਾਣੇ ਦੀ ਉਹ ਪਈ ਹੋਈ ਰੇਡ ਪਰ ਇਧਰਲੇ ਪਾਸੇ ਮਿਹਰ ਕਰੀ ਮੇਰੇ ਮਾਲਕਾ ਸੱਚੇ ਪਾਤਸ਼ਾਹ ਮਿਹਰ ਕਰੇ ਕਿਸੇ ਵੀ ਖਿਡਾਰੀ ਨੂੰ ਵਾਹਿਗੁਰੂ 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 ਮਿਹਰ ਕਰ ਮੇਰੇ ਮਾਲਕਾ ਜਾਦੀ ਸੱਟ ਆ ਮੇਰੇ ਖਿਆਲ ਕੋਈ ਨਾ ਦੇਖਿਓ ਵਾਹਿਗੁਰੂ ਮਿਹਰ ਕਰੇ ਪਿੱਛੇ ਪਿੱਛੇ ਰਹੋ ਮੇਰੇ ਵੀਰ ਥੋੜੇ ਪਿੱਛੇ ਰਹੋ ਸਾਰੇ ਵੀਰ ਉਹ ਸੱਚੇ ਪਾਤਸ਼ਾਹ ਕੀ ਅਰਦਾਸ ਵਾਹਿਗੁਰੂ ਕੀ ਅਰਦਾਸ ਜ਼ਰੂਰ ਕਰਿਓ ਇਹ ਖਿਡਾਰੀ ਸੱਟਾਂ ਫੇਟਾਂ ਤੋਂ ਜੂਝਦਾ ਆਇਆ ਗਰਾਊਂਡਾਂ ਵਿੱਚ ਵਾਪਸੀ ਕਰ ਰਿਹਾ ਹੈ ਪਹਿਲਾਂ ਵੀ ਬਹੁਤ ਲੰਮਾ ਸਮਾਂ ਗਰਾਊਂਡਾਂ ਤੋਂ ਦੂਰ ਰਿਹਾ ਪਰ ਸੱਚੇ ਪਾਤਸ਼ਾਹ ਕੀ ਅਰਦਾਸ ਕਰਦੇ ਆ ਮੁੰਡਾ ਠੀਕ ਹੈ ਰਾਜੂ ਥੋੜਾ ਥੋੜਾ ਪਿੱਛੇ ਰਾਜੂ ਇਹ ਖਿਡਾਰੀ ਬੜੇ ਔਖੇ ਬਣਦੇ ਆ ਅਣਮੁੱਲੇ ਹੀਰੇ ਸਿਰ ਦੇ ਵਿੱਚ ਸੱਟਾ ਵਾਹਿਗੁਰੂ ਮਿਹਰ ਕਰੇ ਬੇਨਤੀ ਜਿਹੜੇ ਭਰਾ ਜ਼ਿਆਦਾ ਅੱਗੇ ਆ ਰਹੇ ਹੋ ਪਿੱਛੇ ਆਓ ਬੇਨਤੀ ਹੈ ਆਓ ਪਿੱਛੇ ਪਿੱਛੇ ਬੇਨਤੀ ਹੈ ਸਾਰੇ ਦਰਸ਼ਕ ਸਾਰੇ ਖਿਡਾਰੀ ਸਾਰੇ ਹੀ ਪ੍ਰਬੰਧਕ ਉਸ ਸੱਚੇ ਪਾਤਸ਼ਾਹ ਕੇ ਦੇ ਅਰਦਾਸ ਕਰਾਂਗੇ ਕਿ ਕਦੇ ਵੀ ਕਿਸੇ ਖਿਡਾਰੀ ਦੇ ਸੱਟ ਫੇਟਣ ਲੱਗੇ ਇਹ ਸੱਟ ਸਭ ਤੀ ਮਾੜਾ ਹੈ ਵਾਹਿਗੁਰੂ ਮਿਹਰ ਕਰੇ ਸੱਚੇ ਪਾਤਸ਼ਾਹ ਕੀ ਅਰਦਾਸ ਹੈ ਥੋੜਾ ਘੇਰਾ ਖੁੱਲਾ ਕਰ ਦਿਓ ਬਾਈ ਜੀ ਪਿੱਛੇ ਲੈਪੀ ਰਾਣੇ ਬਾਈ ਥੋੜਾ ਪਿੱਛੇ ਕਰ ਕੁਰਸੀ ਰਾਣਾ ਮੇਰੇ ਖਿਆਲ ਠੀਕ ਆ ਮੇਰੇ ਖਿਆਲ ਵਾਹਿਗੁਰੂ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਦੀ ਕਿਰਪਾ ਕਰਨਾ ਬਾਬਾ ਹੇਤਾ ਜੀ ਤੇ ਬਾਬਾ ਜੀ
ਮਿਹਰ ਕਰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਹਨਾਂ ਨੂੰ ਅੱਜ ਯਾਦ ਕੀਤਾ ਜਾ ਰਿਹਾ ਤੇ ਆ ਜਿਹੜੀਆਂ ਠੰਡਾਂ ਦੇ ਦਿਨ ਆ ਇਹ ਬੜੇ ਔਖੇ ਦਿਨ ਆ, ਇਹ ਕਹਿੰਦੇ ਬੜੇ ਔਖੇ ਦਿਨਾਂ ਤੇ ਨਿੱਕੇ ਸਾਹਿਬਜ਼ਾਦਿਆਂ ਨੇ ਕਹਿੰਦੇ ਤੇ ਆਪਣੇ ਸਰੀਰ ਤੇ ਹੰਡਾਇਆ ਮੇਰੇ ਵੀਰੇ। ਠੀਕ ਹੈ ਮੁੰਡਾ, ਵਾਹਿਗੁਰੂ ਮੇਰ ਕਰੇ ਉੱਧਰ ਸਾਡੀ ਗੱਡੀ ਮਾਨੇ ਗੁਰਜੀ ਭਾਜੀ ਕਹਿੰਦੇ ਕਿ ਮੈਚ ਕੈਂਡੀਡੇਟ ਲੈਪੀ ਤੇਜ ਪਾਣ ਪਾ ਰੇਡ ਮੇਰੇ ਮਿੱਤਰਾ। ਉਧਰ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਗੁਰਰਾਜ ਸਿੰਘ ਜੀ ਸ਼ਕੀਰਾ, ਸਾਡੀ ਜ਼ਿੰਦਗੀ ਦਾ ਮਾਨੇ ਸਰਦਾਰ ਗੁਰਰਾਜ ਸਿੰਘ ਜੀ ਸ਼ਕੀਰਾ, ਜਿਨ੍ਹਾਂ ਵੱਲੋਂ ਜਿੰਦੂ ਮੁਗਾ ਚੱਕ ਵਾਲੇ ਨੇ 11,000 ਦੀ ਨਗਦ ਰਾਸ਼ੀ ਨਾਲ ਵੱਡਾ ਸਨਮਾਨ ਕੀਤਾ ਜਾਵੇਗਾ। ਬਹੁਤ ਬਹੁਤ ਮੁਬਾਰਕਬਾਦ ਆ ਜਿੰਦੂ ਸਿੰਘ। ਇੱਧਰ ਵੀ ਜੱਫਾ ਵੇਖਣਾ ਮੁੰਡਾ ਮੀਆਂ ਮਿੰਡੀਆਂ, ਇਹ ਕਾਲੇ ਦਾ ਪਿੰਡੂ ਸੱਤੇ ਦਾ ਪਿੰਡੂ ਆਹ ਚੋਟੀਆਂ ਜੱਫਾ ਲਾ ਰਿਹਾ, ਹੁਣ ਵੇਖਣਾ ਮੁਕਾਬਲਾ ਚੱਲ ਰਿਹਾ। ਰੇਡਰ ਭੱਜੂ ਕਿ ਨੇ ਸਮਾਂ ਦੱਸੇ, ਪਰ ਮੀਆਂ ਮਿੰਡੀਆਂ ਨੇ ਰਾਹ ਬੰਦ ਕਰ ਦਿੱਤੇ ਹੈ। ਵਜੀ ਹੋਈ ਪੁੱਠੀ ਕੈਂਚੀ ਇਹਨੂੰ ਮੀਆਂ ਮੁੰਡੀਆਂ ਕਹਿੰਦੇ ਆ ਮੇਰੇ ਵੀਰੋ। ਖੇਡ ਗਰਾਊਂਡ ਦੇ ਵਿੱਚ ਵੱਡਾ ਜੱਫਾ ਲਾ ਗਿਆ, ਕਹਿੰਦੇ ਕਾਲੇ ਪਾਣੀਓ ਮੋੜ ਲੂ ਉਹ ਖੱਤ ਕਿਸ਼ਨੇ ਬਦਲਾ ਲੈ ਲਈ ਜਾਣਿਆ ਜੇ ਮਾਂ ਦਾ ਜਾਇਆ। ਲੈ ਵੀ ਮੁੰਡਿਆ ਆ ਕਬੱਡੀ ਉੱਪਰ ਬਦਲਾ ਲੈ ਵੀ ਸਭਰਾਵਾਂ ਵਾਲਿਆ, ਹੋ ਜਾ ਮੂਹਰੇ ਟੱਕਰਾ ਰੱਖ ਲਾ ਦੌੜ ਦੇ ਵਿੱਚ ਆਥਾ ਕਿ ਮੂਹਰੇ ਅੜ ਕੇ ਆਸਰਾ ਕਰਕੇ ਭੂਤਰਿਆ ਸਾਰ ਸਿੰਘਾਂ ਤੋਂ ਫੜ ਕੇ ਵੱਲ ਕਿਸੇ ਕਿਸੇ ਨੂੰ ਨਾ ਲੁਕੋ ਠੀਪੀ ਲਾ ਕੇ ਡਿੱਗਦਾ ਰਾਜੇ ਖੇਲੇ ਪੰਜਾਬੀ ਜਿਗਰਾ ਰੱਖ ਲਓ ਜਿਗਰਾ ਰੱਖ ਦੇ ਖੇਡਦਾ ਬਈਆ ਤੇਜ ਪਾਲ ਸਿੰਘ ਕਹਿੰਦੇ ਬਾਰ ਬਾਰ ਰੇਡਾਂ ਪਾ ਰਿਹਾ ਰੇਡਾਂ ਤੇ ਰੇਡਾਂ ਮੋੜਦਿਆ ਇਹ ਵੱਡੇ ਜਿਗਰੇ ਵਾਲਾ ਖਿਡਾਰੀ ਆ ਮੇਰੇ ਵੀਰੋ। ਇਹ ਆਉਣ ਵਾਲੇ ਸਮੇਂ ਦਾ ਉਹ ਵੱਡਾ ਮਾਲਾ ਜਿਹਦੇ ਸਿਰ ਤੇ ਹੱਥ ਕਹਿੰਦੇ ਮਹਾਂਪੁਰਖ ਸ਼੍ਰੀਮਾਨ ਸੰਤ ਮਹਾਂਪੁਰਖ ਬਾਬਾ ਅਵਤਾਰ ਸਿੰਘ ਸਾਹਿਬ ਜੀ, ਉਹਨਾਂ ਦਾ ਥਾਪੜਾ ਵੀ ਆ ਇਹਨਾਂ ਦੇ ਨਗਰ ਨੂੰ ਮੇਰੇ ਵੀਰੋ। ਪਰ ਇੱਧਰਲੇ ਪਾਸੇ ਮੀਆਂ ਮਿੰਡੀਆਂ ਲਗਾਤਾਰ ਦੂਜਾ ਜੱਫਾ ਲਾ ਗਿਆ, ਤਾੜੀਆਂ ਬਾਰੇ ਕੀ ਖਿਆਲ ਹੈ ਕਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਲਗਾਤਾਰ ਦੂਜਾ ਜੱਫਾ ਲਾ ਗਿਆ। ਇਹ ਮੀਆਂ ਮੀਡੀਆ ਪੱਥਰ ਇੱਕ ਚੋਟੀਆ ਨੰਬਰ ਜੋੜਦਾ ਹੋਇਆ ਸੁਖਮਨ ਵੀ ਫੇਰ ਵੇਖ ਕੇ ਰੇਡਾ ਪਾ ਰਿਹਾ ਬੱਲਾਂ ਵਾਲਿਆ ਹੋ ਜਾ ਤਗੜਾ ਲਾ ਦੇ ਫਿਰ ਜੱਫੇ ਲਾ ਪੈਂਦੀ ਕਬੱਡੀ ਉੱਪਰ ਵੇਖਣਾ ਬੱਲਾਂ ਵਾਲਾ ਇੱਕ ਕੰਨੀ ਦੇ ਉੱਪਰ ਤਿਆਰ ਹੈ ਆਹ ਵੇਖਣਾ ਲਾਲੀ ਨੇ ਕੋਸ਼ਿਸ਼ ਕੀਤੀ ਹੈ ਤੇ ਸੁਖਮਨ ਇੱਕ ਚੋਟੀ ਦਾ ਨੰਬਰ ਜੋੜ ਗਿਆ। ਅੜੀ ਏੜ ਮੈਨੂੰ ਲੱਗਦਾ ਸ਼ਾਹਪੁਰੀ ਆ ਗਿਆ ਵੀਰੇ ਕਰੀ ਅਨਮੋਲ ਆ ਗਿਆ ਅਨਮੋਲ ਸ਼ਾਹਪੁਰੀ ਆ ਗਿਆ ਅਨਮੋਲ ਸ਼ਾਹਪੁਰੀਆਂ ਸਰਬ ਸਰਬ ਖੇਡ ਗਰਾਊਂਡ ਦੇ ਵਿੱਚ ਸਰਬ ਦੀ ਰੇਡ ਆ ਮੇਰੇ ਵੀਰੋ। ਲੈਪੀ ਸਰਬ ਨੂੰ ਸ਼ਕਰਪੁਰੀਆ ਜੇ ਤੂੰ ਡੱਕੇ ਤੇ ਫਿਰ ਗੱਲਾਂ ਵੱਖਰੀਆਂ ਸਵਾਦ ਵੱਖਰਾ ਜਾਂ ਕਹਿੰਦੇ ਪਿੰਡੇ ਨੂੰ ਪ੍ਰਦਰਲੇ ਪਾਸੇ ਆਓ ਆਓ ਬੱਲਾਂ ਵਾਲਾ ਆਓ ਬੱਲਾਂ ਵਾਲਾ ਆਓ ਬੱਲਾਂ ਵਾਲਾ ਨਹੀਂ ਭਾਲਾ ਜੱਫਾ ਲਾ ਰਿਹਾ ਭਾਲਾ ਚੋਟੀਆਂ ਜੱਫਾ ਲਾ ਕੇ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਲੈ ਵੀ ਪੱਲਾ ਲਿਆ ਉੱਧਰ ਲਗਾਤਾਰ ਜੱਫੇ ਲਾ ਕੇ ਬੱਗਿਆਂ ਵਾਲਾ ਲਗਾਤਾਰ ਜੱਫੇ ਲਾ ਕੇ ਲੈ ਵੀ ਚੱਕਾਂ ਵਾਲੇ ਕਹਿੰਦੇ ਮੁੰਡਿਆਂ ਨੂੰ ਚੋਟੀ ਚੋਟੀ ਦੇ ਜੱਫੇ ਲੱਗ ਰਹੇ ਹੈ ਇੱਧਰ ਵੀ ਜੱਫੇ ਲਾਉਣੇ ਪੈਣੇ ਹੈ ਖੇਡਦੇ ਮੈਦਾਨ ਦੇ ਵਿੱਚ ਆ ਕਬੱਡੀ ਸੁਖਮਨ ਨੇ ਪਾਈ ਹੈ ਮੈਂ ਵੀ ਪੱਲਾ ਵਾਲੇ ਹੋ ਜਾ ਮੂਹਰੇ ਰੱਖ ਲਾ ਧੌਣ ਦੇ ਵਿੱਚ ਆਥਾ ਜਾਂ ਪੱਟ ਲਾ ਕਿੱਟੇ ਫੜਨਾ ਤੈਨੂੰ ਫੜ ਲੱਗਣਾ ਤੈਨੂੰ ਲੱਗਾ ਇਹ ਟੈਕ ਉਹਨਾਂ ਤੇ ਟੱਕ ਦੇ ਮੁੰਡੇ ਸਭਰਾਵਾਂ ਵਾਲਾ ਬੱਬੂ ਕੋਸ਼ਿਸ਼ ਕਰ ਰਿਹਾ ਹੈ ਨਾ ਪੈਂਦੀ ਕਬੱਡੀ ਤੇ ਇੱਥੇ ਰੱਖ ਲਓ ਪੁਆਇੰਟ ਰੇਡਰ ਦਾ ਆ ਜਾ ਆਰਪੀ ਟੈਟੂ ਵਾਲੇ ਕਹਿੰਦੇ ਬੈਸਟਾਂ ਨੂੰ
ਆਹ ਸੋਨੇ ਰੰਗੇ ਕੱਪ ਦੇਣਗੇ ਬੈਸਟਾਂ ਨੂੰ ਸੋਨੇ ਰੰਗੇ ਲੈ ਵੀ ਵਾਈ ਪੁਰੀਆਂ ਦਾ ਹੋ ਨੇੜੇ ਜਾਂ ਕਹਿੰਦੇ ਸ਼ਕਰ ਪੁਰੀਆਂ ਨੂੰ ਜਾਂ ਕਹਿੰਦੇ ਪਾਟੇ ਨੂੰ ਔਰ ਜਾਂ ਕਹਿੰਦੇ ਭਿੰਦੇ ਨੂੰ ਪਰ ਇਧਰਲੇ ਪਾਸੇ ਕਹਿੰਦੇ ਔਰ ਸ਼ਕਰ ਪੁਰੀਆਂ ਔਰ ਸ਼ਕਰ ਪੁਰੀਆਂ ਔਰ ਸ਼ਕਰ ਪੁਰੀਏ ਨੇ ਕਹਿੰਦੇ ਔਰ ਸਾਰੇ ਰਾਹ ਔਰ ਸਾਰੇ ਰਾਹ ਔਰ ਬੰਦ ਕਰ ਦਿੱਤੇ ਆ ਮੇਰੇ ਵੀਰੇ ਔਰ ਸਾਰੇ ਰਾਹ ਸ਼ਕਰਪੁਰੀਏ ਨੇ ਬੰਦ ਕਰ ਦਿੱਤੇ ਆ ਪੁਆਇੰਟ ਜਾਫੀ ਦਾ ਰਾਜੂ ਲਾਓ ਸ਼ਕਰਪੁਰੀ ਅਸਰਿਆ ਜੱਫਾ ਲਾ ਗਿਆ ਉਹਦੇ ਜੱਫਿਆਂ ਦੀ ਇੱਕ ਘਾਟ ਰਹੀ ਛੱਟੀ ਮੁੰਡੇ ਨੇ ਅੱਜ ਤੇ ਮੇਲਾ ਲੁੱਟਣ ਵਾਲੀ ਗੱਲ ਕਰ ਦਿੱਤੀ ਹੈ ਸੁਖਮਨ ਵੱਡੀ ਪਾਲੀ ਤਿਆਰ ਹੈ ਕਿਹੜੀ ਟੀਮ ਜਾਂਦੀ ਹੈ ਸਮਾਂ ਦੱਸੇਗਾ ਕਿਹੜੀ ਟੀਮ ਆ ਕਮਾਲ ਕਰਦੀ ਹੈ ਸਮਾਂ ਦੱਸੇਗਾ ਲਓ ਸੁਖਮਨ ਨੇ ਕਬੱਡੀ ਪਾਈ ਹੈ ਚਾਰ ਨੇ ਲੈ ਵੀ ਪੱਲਾ ਵਾਲਿਆ ਕਰ ਫਿਰ ਕਮਾਲ ਜਾਂ ਫਿਰ ਲਾਲੀ ਲੱਗਣਾ ਜਾਂ ਫਿਰ ਮੁੰਡਾ ਵੇਖਣਾ ਪੱਗਿਆਂ ਵਾਲਾ ਆ ਪੈਂਦੀ ਕਬੱਡੀ ਉੱਪਰ ਬਲਨ ਵਾਲਾ ਪਰ ਸੁਖਮ ਨੀ ਹੱਥ ਧਰਾਉਂਦਾ ਬਾਈ ਸੁਖਮ ਦਾ ਕੰਮ ਲੋੜ ਰੱਖਦਾ ਕਿਹੜੀ ਤਾੜੀਆਂ ਸੁਖਮਨ ਲਈ ਵੀ ਮਾਰ ਦਿਓ ਜ਼ੋਰਦਾਰ ਇੱਕ ਤਾੜੀ ਤੇਜਪਾਲ ਲਈ ਮਾਰ ਦਿਓ ਸਰਸੰਗੀਆ ਤੇਜਪਾਲ ਵੀ ਕਹਿੰਦੇ ਪੱਟ ਤੇ ਥਾਪੀਆਂ ਮਾਰ ਮਾਰ ਰੱਡਾ ਪਾਉਂਦਾ ਮੇਰੇ ਵੀਰੋ ਪੱਟ ਤੇ ਥਾਪੀਆਂ ਮਾਰ ਮਾਰ ਰੱਡਾ ਪਾਉਂਦਾ ਕਹਿੰਦੇ ਕੱਲਾ ਕੱਲਾ ਪੁੱਤ ਮਾਪਿਆਂ ਦਾ ਉਹ ਘਰ ਦੀ ਜ਼ਮੀਨ ਬਥੇਰੀ ਕੌਡੀ ਕੌਡੀ ਰਹਿੰਦਾ ਕਰਦਾ ਸ਼ਕਰਪੁਰੀਆ ਕਰਦਾ ਮੌਜ ਬਥੇਰੀ ਉਹ ਚੰਗੇ ਕੋਚ ਦਾ ਚੰਡਿਆ ਨਾਲ ਪਹਾੜਾ ਖੇਡਦਾ ਹੈ ਜਦੋਂ ਬੁਲਾਈਏ ਬੋਲੇ ਹੱਸ ਕੇ ਮੰਨਾ ਲਾਲਪੁਰ ਪਿੰਡ ਵਿੱਚ ਰਹਿੰਦਾ ਏ ਗੱਲਾਂ ਕਰਦਾ ਹੁੰਦਾ ਸੁੱਖੇ ਕਿਰਿਆਰ ਦੀਆਂ ਕਿਉਂਕਿ ਸੁੱਖਾ ਕਿਰਿਆਰ ਕਹਿੰਦੇ ਸਿਰਾ ਕਰਾ ਦਿੰਦਾ ਕੱਲ ਨੂੰ ਵੀ ਕਹਿੰਦੇ ਚੋਟੀ ਦੇ ਬੁਲਾਰੇ ਪੁੱਜਣੇ ਆ ਤੇ ਚੋਟੀ ਦੇ ਪਲੇਅਰ ਪੁੱਜਣੇ ਆ ਮੇਰੇ ਵੀਰੇ ਉਹ ਚੋਟੀ ਦੇ ਪਲੇਅਰ ਪੁੱਜਣੇ ਆ ਚੋਟੀ ਪੁੱਜਣੇ ਆ ਕੱਲ ਨੂੰ ਮੇਰੇ ਪੰਜਾਬੀ ਦਾ ਆਪ ਸਭ ਨੂੰ ਖੁੱਲੇ ਸੱਦੇ ਆ ਤੇ ਲੈ ਵੀ ਕੱਪੜਾ ਪਾਪੂ ਕਰਨੈਲ ਪੁੱਜਾਇਆ ਸਾਡੀ ਜ਼ਿੰਦਗੀ ਦਾ ਮਾਨ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਓ ਰੇਡ ਸੁਖਮਨ ਸੁਖਮਨ ਆਓ ਕਬੱਡੀ ਕਬੱਡੀ ਕਰਨਾ ਆਏ ਬਾਲੋ ਵਾਲਾ ਪਰ ਸੁਖਮਨ ਕਹਿੰਦਾ ਮੈਂ ਵੀ ਜੱਟ ਦਾ ਪੁੱਤ ਅਰਜਨ ਵਰਗਾ ਨੇ ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ ਮੈਂ ਸਮਾਪਾਲ ਬਾਈ ਦੱਸੋ ਕਿਹੜੀ ਟੀਮ ਤੇ ਲੇਖਾ ਜੋਖਾ ਦੱਸੋ ਬੈਸਟਾਂ ਵਾਲਾ ਲੈ ਵੀ ਵੀਰੇ ਕਿਹੜਾ ਖਿਡਾਰੀ ਅੱਜ ਦੇ ਮੇਲੇ ਦਾ ਬੈਸਟ ਬਣ ਗਿਆ ਲੈ ਵੀ ਕਪਾਲੇ ਦਾ ਪਹਿਲਾਂ ਪੁਆਇੰਟ ਦੱਸ ਦੀ ਕਿਹੜੀ ਟੀਮ ਇਸ ਮੈਚ ਦੇ ਜੇਤੂ ਰਹੀ ਲਓ ਢੋਲੀ ਇੱਕ ਮਿੰਟ ਪਹਿਲਾਂ ਪੁਆਇੰਟ ਦੱਸਿਓ ਜੀ ਕੌਣ ਜੇਤੂ ਰਿਹਾ ਹੈ ਚੌਵੀ ਪੁਆਇੰਟ ਤੇ ਕੈਰੋ ਵੀਰ 28 ਪੁਆਇੰਟ ਇਹਦੇ ਵਿੱਚ ਕੈਰੋ ਬੀ ਜੇਤੂ ਆ ਬਹੁਤ ਬਹੁਤ ਮੁਬਾਰਕਾਂ ਭਰਾਵਾਂ ਨੂੰ ਕਿਉਂਕਿ ਨਗਰ ਦੀਆਂ ਟੀਮਾਂ ਦੋਵੇਂ ਕਪਤਾਨ ਚੋਟੀ ਦੇ ਆ ਇੱਕ ਪਾਸੇ ਕਿਤੇ ਕਾਰਜਾ ਤੇ ਦੂਜੇ ਪਾਸੇ ਕਿਤੇ ਲਾਲੀ ਆ